ਲੋਕ ਸਭਾ ਚੋਣਾਂ ਦੇ ਦੌਰਾਨ ਲੋਕ ਕਿਸ ਦੇ ਹੱਕ ਵਿੱਚ ਫਤਵਾ ਦੇਣਗੇ, ਪੰਜਾਬ ਦਾ ਮੂਡ ਜਾਣਨ ਦੇ ਲਈ ਨਿਊਜ਼ 18 ਪੰਜਾਬ ਦੇ ਵੱਲੋਂ ਇੱਕ ਅਨਕਟ ਓਪੀਨੀਅਨ ਨਾਂ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਰਾਹੀਂ ਲੋਕਾਂ ਦਾ ਓਪੀਨੀਅਨ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਨੂੰ ਆਪਣਾ ਉਮੀਦਵਾਰ ਸਮਝਦੇ ਨੇ। ਇਸ ਵੇਲੇ ਅਸੀਂ ਪਹੁੰਚੇ ਹਾਂ ਲੋਕ ਸਭਾ ਗੁਰਦਾਸਪੁਰ ਦੇ ਪਠਾਨਕੋਟ ਖੇਤਰ ਦੇ ਵਿੱਚ। ਲੋਕ ਸਭਾ ਚੋਣਾਂ ਦੇ ਵਿੱਚ ਕਿਸ ਦੀ ਆਵਾਜ਼ ਆਉਂਦੀ ਹੈ? ਦੇਖੋ ਸਰ, ਅੱਜ ਕੱਲ੍ਹ ਤਾਂ ਅਭੀ ਮੋਦੀ ਜੀ ਦੀ ਆਵਾਜ਼ ਆ ਰਹੀ ਹੈ, ਅਭੀ ਦੇਖੋ ਕਿਆ ਬਣਦਾ, ਕਿਉਂਕਿ ਰੀਸੈਂਟਲੀ ਕਾਫੀ ਕੰਮ ਜੋ ਹੈ ਮੋਦੀ ਜੀ ਨੇ ਕਰਵਾਏ ਆ, ਉਸਦੇ ਹਿਸਾਬ ਸੇ ਤਾਂ ਲੋਕ ਮੋਦੀ ਜੀ ਕੋ ਦੇਖ ਰਹੇ ਯਾਦ। ਬਿਲਕੁਲ, ਲੋਕਾਂ ਦੀ ਰਾਏ ਜਾਣਨ ਲਈ ਅਸੀਂ ਪਠਾਨਕੋਟ ਪੁੱਜ ਗਏ, ਲੋਕਾਂ ਦੀ ਰਾਏ ਜਾਣਨੀ ਸ਼ੁਰੂ ਕੀਤੀ ਹੈ। ਜਨਾਬ, ਕੀ ਲੱਗਦਾ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ, ਕਿਸ ਦੀ ਹਵਾ ਹੈ? ਹਵਾ ਦਾ ਜਿਹੜਾ ਹੁਣ ਕੰਮ ਕਰੇਗਾ ਉਹਦੀ ਹਵਾ ਹੈ ਐਕਚੁਅਲੀ, ਕਿਉਂਕਿ ਹੁਣ ਜਿਹੜਾ ਪਹਿਲੇ ਨਾਲ ਫਰਕ ਹੋ ਰਿਹਾ, ਹੁਣ ਜ਼ਿਆਦਾ ਬੀਜੇਪੀ ਹੈ, ਕਿਉਂਕਿ ਬੀਜੇਪੀ ਦੀ ਹਵਾ ਹੈ। ਸਭ ਕੋਈ ਜਿਹੜਾ ਬੰਦਾ ਅੱਜ ਕੱਲ੍ਹ ਮੰਨ ਰਿਹਾ ਹੈ ਕਿ ਵੀ ਸਾਨੂੰ ਕੁਛ ਸੁਵਿਧਾਏ ਜਿਹੜੀ ਮਿਲ ਰਹੀ ਹੈ, ਕੁਛ ਸ਼ਾਂਤੀ ਹੈ, ਕੁਛ ਲੋਕਾਂ 'ਤੇ ਫਰਕ ਵੀ ਹੈ ਕਿ ਜਿਹੜੇ ਹਾਲਾਤ ਹੁੰਦੇ ਸੀ ਉਹ ਬੜੀ ਸ਼ਾਂਤੀ ਨਾਲ ਚੱਲਦੇ ਪਿਛਲੇ ਟਾਈਮ। ਬਿਲਕੁਲ, ਅਸੀਂ ਪੁੱਛੇ ਹਾਂ, ਇਸ ਵੇਲੇ ਅਸੀਂ ਪਠਾਨਕੋਟ ਦੇ ਗਾਂਧੀ ਚੌਂਕ ਇਲਾਕੇ ਵਿੱਚ ਹਾਂ, ਜੋ ਸਭ ਤੋਂ ਵਿਅਸਤ ਇਲਾਕਾ ਗਿਣਿਆ ਜਾਂਦਾ। ਜਨਾਬ, ਲੋਕ ਸਭਾ ਚੋਣ ਆ ਗਏ ਆ, ਕਿਸ ਦੀ ਹਵਾ ਜਾਪ? ਸਾਰੇ ਜੀ ਸਹੀ ਹੈ ਆਪਣੀ ਜਗ੍ਹਾ, ਇੱਦਾਂ ਵਧੀਆ ਸਾਰੇ ਇੱਦਾਂ। ਬਾਕੀ ਹੁਣ ਦੇਖੋ ਕੌਣ ਜਿੱਦਾਂ ਇੱਦਾਂ। ਮੁੱਦੇ ਕੀ ਨੇ ਪਠਾਨਕੋਟ ਲੋਕ ਸਭਾ ਗੁਰਦਾਸਪੁਰ? ਠੀਕ ਹੈ, ਮੁੱਦੇ ਕੁਛ ਨਹੀਂ, ਟ੍ਰੈਫਿਕ ਟੁਫਿਕ ਦਾ ਇਹ ਜ਼ਿਆਦਾ ਇੱਦਾਂ, ਟ੍ਰੈਫਿਕ ਦਾ ਹੋ ਗਿਆ ਜਿੱਦਾਂ। ਬਾਕੀ ਨਵੇਂ ਨਾ ਡੀਪ ਲੇਅਰ ਜੇ ਹੈ। ਬਿਲਕੁਲ ਬਿਲਕੁਲ, ਕੀ ਲੱਗਦਾ ਜੀ ਲੋਕ ਸਭਾ ਚੋਣ ਦੀ ਕਿਹਦੀ ਹਵਾ ਜਾਪਦੀ? ਉਹ ਸਾਰਾ ਹੀ ਠੀਕ ਹੈ ਸਾਡੇ ਸਾਰੇ ਹੀ ਠੀਕ ਹੈਗੇ ਆ। ਕੋਈ ਖਾਸ ਮੁੱਦੇ ਪਠਾਨਕੋਟ ਦੇ ਕੋਈ ਖਾਸ ਮੁੱਦੇ ਨੇ? ਮੁੱਦੇ ਤੁਹਾਨੂੰ ਹੀ ਪਤਾ ਹੈਗਾ, ਉਹਦੇ ਸਾਨੂੰ ਦੱਸਣ ਦੀ ਲੋੜ ਹੀ ਕੋਈ ਨਹੀਂ, ਸਾਰਿਆਂ ਨੂੰ ਪਤਾ ਹੈਗਾ ਮੁੱਦਿਆਂ ਦੇ ਬਾਰੇ ਕੀ ਹੈਗੇ। ਕੁਝ ਲੋਕ ਤਾਂ ਖੁੱਲ੍ਹ ਕੇ ਗੱਲ ਕਰ ਰਹੇ ਹਜੇ, ਕੁਝ ਗੱਲ ਖੁੱਲ੍ਹ ਕੇ ਨਹੀਂ ਕਰ ਪਾ ਰਹੇ, ਲੇਕਿਨ ਅਸੀਂ ਹੋਰ ਲੋਕਾਂ ਤੋਂ ਵੀ ਇਹ ਸਾਰੇ ਗੱਲਬਾਤ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਨਾਬ, ਕੀ ਲੱਗਦਾ ਕਿਹਨਾਂ ਦੀ ਹਵਾ ਜਾਪ ਰਹੀ ਹੈ ਇਸ ਬਾਰੇ ਲੋਕ ਸਭਾ ਚੋਣਾਂ? ਅਸੀਂ ਇੰਟਰਸਟ ਹੀ ਲੈਂਦੇ ਉਹ ਬਾਲਕਾਂ ਨੂੰ ਪੁੱਛੋ ਜੀ। ਬਿਲਕੁਲ, ਜਨਾਬ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਦੀ ਹਵਾ? ਹਵਾ ਤਾਂ ਦਿਨੇਸ਼ ਸਿੰਘ ਬੱਬੂ ਦੀ ਹੈ ਜੀ। ਹਾਂਜੀ ਹਾਂਜੀ, ਸਾਡੇ ਲੋਕ ਸਭਾ ਚੋਣਾਵਾਂ 'ਚ ਦਿਨੇਸ਼ ਸਿੰਘ ਬੱਬੂ ਬੜੇ ਅੱਛੇ ਕੰਮ ਕਰਦੇ ਨੇ, ਬਹੁਤ ਵਧੀਆ ਉਹਨਾਂ ਦਾ ਹੈਗਾ, ਉਹ ਕਾਫੀ ਵਾਰੀ MLA ਰਹੇ ਨੇ ਔਰ ਕੰਮ ਕਰਦੇ ਨੇ। ਕਿਹਦੀ ਹਵਾ ਲੱਗ ਰਹੀ ਹੈ? ਕੀ ਲੱਗ ਰਿਹਾ ਲੋਕ ਸਭਾ ਚੋਣ ਆ ਰਹੇ ਨੇ, ਕਿਸ ਦੀ ਹਵਾ ਲੱਗ ਰਹੀ ਹੈ ਲੋਕ ਸਭਾ ਚੋਣਾਂ ਦੀ? ਯਾਰ, ਅਕਾਲੀ ਦਲ, ਹਾਂ, ਆਪ ਪਾਰਟੀ ਦੀ ਵੀ ਹੈ, ਪਰ ਮੇਨ ਆਪ ਪਾਰਟੀ ਲੱਗਦੀ ਹੈ। ਕੀ ਲੱਗਦਾ ਜੀ, ਕੀ ਲੱਗਦਾ ਲੋਕ ਸਭਾ ਚੋਣ ਆ ਗਏ ਜੀ, ਕੀ ਲੱਗਦਾ ਕਿਹਨਾਂ ਦੀ ਹਵਾ ਚੱਲ, ਦੱਸ ਦਿਓ ਤੁਰੇ ਤਾਂ ਜੋ ਤੋਂ ਲੋਕ ਸਭਾ ਚੋਣ ਆ ਗਏ ਆ, ਕੀ ਲੱਗਦਾ ਕਿਸ ਦੀ ਹਵਾ ਹੈ? ਕੁਛ ਨਹੀਂ ਕਹਿ ਸਕਦੇ, ਵੋਟ ਦਾ ਇਸਤੇਮਾਲ ਤਾਂ ਕਰਦੇ ਹੋ, ਤਾਂ ਕੀ ਲੱਗਦਾ ਕਿਸ ਦੀ ਹਵਾ ਲੱਗ ਰਹੀ ਹੈ ਇਸ ਵਾਰ ਲੋਕ ਸਭਾ ਚੋਣ? ਸਰ, ਕਲੀਅਰ ਕੱਟ ਮੋਦੀ ਸਰਕਾਰ ਆਈ, ਕਲੀਅਰ ਕੱਟ ਹੈ, ਨੋ ਡਾਊਟ, 110% ਸ਼ੋਰ ਹੈ ਮੋਦੀ ਜੀ ਨੇ ਹੀ ਆਉਣਾ ਪ੍ਰਧਾਨ ਮੰਤਰੀ, ਫਿਰ ਤੋਂ ਅਬ ਕੀ ਬਾਰ ਫਿਰ ਤੋਂ ਮੋਦੀ ਸਰਕਾਰ, ਕਲੀਅਰ ਕੱਟ। ਪ੍ਰਧਾਨ ਮੰਤਰੀ ਦਾ ਜ਼ਿਕਰ ਕਰਨੇ, ਵਿਕਾਸ ਦੀ ਗੱਲਾਂ ਕਰ ਰਹੇ ਨੇ ਲੋਕ, ਪਰ ਹਜੇ ਸ਼ੁਰੂਆਤ ਹੋਈ ਹੈ, ਦੇਖਦੇ ਹਾਂ ਲੋਕਾਂ ਦੇ ਕਿਵੇਂ ਦੇ ਓਪੀਨੀਅਨ ਆਉਂਦੇ। ਜਨਾਬ, ਕੀ ਲੱਗਦਾ ਕਿਸ ਦੀ ਹਵਾ ਚੱਲ ਰਹੀ ਹੈ? ਹਜੇ ਤਾਂ ਕੁਛ ਪਤਾ ਨਹੀਂ ਚੱਲ ਰਿਹਾ, ਅਭੀ ਥੋੜ੍ਹੇ ਦਿਨ ਤੱਕ ਪਤਾ ਚੱਲੇਗਾ। ਮੁੱਦੇ ਕੀ ਨੇ ਪਠਾਨਕੋਟ ਗੁਰਦਾਸਪੁਰ ਜ਼ਿਲ੍ਹੇ? ਮੁੱਦੇ ਬਸ ਇਹੀ ਟ੍ਰੈਫਿਕ ਦਾ ਹੀ ਹੈ, ਟ੍ਰੈਫਿਕ ਹੋਇਆ ਮੇਨ, ਉਹੀ ਮੁੱਦਾ ਟ੍ਰੈਫਿਕ ਦੀ।
ਕਈ ਮੁੱਦਿਆਂ ਦੀ, ਟ੍ਰੈਫਿਕ ਦਾ ਮੁੱਦੇ ਦੀ ਖਾਸ ਚਰਚਾ ਲੋਕ ਕਰਦੇ ਆਏ ਨੇ। ਹੋਰ ਦੁਕਾਨਦਾਰ ਆਉਣਾ ਨਾ ਗਈ ਜਿਹਦਾ ਲੋਕ ਸਭਾ ਚੋਣ ਚ ਕਿਹਦੀ ਹਵਾ ਜਾਪਦੀ ਹੈ ਇਸ ਵਾਰੀ, ਕੀ ਲੱਗਦਾ ਕਾਂਗਰਸ ਦਾ ਖਲੋਤਾ ਹੀ ਕੋਈ ਨੀ ਲੱਗਦਾ ਕੀ ਪਿਆ ਵੀ, ਕਿਉਂਕਿ ਕੇਂਦਰ ਦੇ ਇਲੈਕਸ਼ਨ ਹੈਗੇ ਆ। ਜਿਹੜਾ ਬੰਦਾ ਪਠਾਨਕੋਟ ਸਿਟੀ ਚ ਲੋਕਲ ਖਲੋਏਗਾ, ਅੱਛਾ ਬੰਦਾ ਨਵਾਂ ਖਲੋਏਗਾ, ਉਸਨੂੰ ਵੋਟ ਨਹੀਂ ਪਾਵਾਂਗੇ। ਹਾਲੇ ਤੱਕ ਸਾਡਾ ਕੋਈ ਨਿਰਣੇ ਨਹੀਂ। ਸੈਂਟਰ ਦੇ ਵਿੱਚ ਮੋਦੀ ਸਰਕਾਰ ਜੇ ਹੈਗੀ ਹੈ, ਪਰ ਪੰਜਾਬ ਦੇ ਵਿੱਚ ਅਸੀਂ ਆਪਣਾ ਦੇਖਣਾ ਪੈਣਾ ਵੀ ਕਿਹੜਾ ਬੰਦਾ ਅੱਛਾ ਖਲੋਂਦਾ ਹੈ, ਜਿਹੜਾ ਸ਼ਹਿਰ ਦਾ ਸੁਧਾਰ ਕਰ ਸਕੇ, ਉਸਨੂੰ ਵੋਟ ਪਾਵਾਂਗੇ ਅਸੀਂ। ਹਾਂ, ਲੋਕਲ ਬੰਦੇ ਦਾ ਜ਼ਿਕਰ ਜ਼ਰੂਰ ਕੀਤਾ ਕਿਉਂਕਿ ਪਿਛਲੇ ਸਾਲ ਸਨੀ ਦਿਓਲ ਨੂੰ ਟਿਕਟ ਇੱਥੇ ਐਲਾਨੀ ਗਈ ਸੀ, ਅਤੇ ਇਸ ਵਾਰ ਲੋਕਲ ਕੈਂਡੀਡੇਟ ਦਾ ਜ਼ਿਕਰ ਕਰ ਰਿਹਾ। ਜਿੱਦਾਂ ਲੋਕ ਸਭਾ ਇਲੈਕਸ਼ਨ ਆ ਗਏ ਆ, ਕੀ ਲੱਗਦਾ ਕਿਸ ਦੀ ਹਵਾ ਇਸ ਵਾਰ? ਹਾਂਜੀ, ਲੋਕ ਸਭਾ ਚੋਣ 'ਚ ਕਿਹਦੀ ਹਵਾ ਲੱਗ ਰਹੀ ਹੈ? ਇਸ ਵਾਰੀ ਬੀਜੇਪੀ ਦੀ ਹਵਾ ਜ਼ਿਆਦਾ ਹੈ ਜੀ। ਹਾਂਜੀ, ਕਿਉਂਕਿ ਕਾਂਗਰਸ ਦਾ ਵਜੂਦ ਉਹ ਹੈ ਨਹੀਂ ਰਿਹਾ ਜੀ, ਇਸ ਲਈ ਮੋਦੀ ਲੈ ਰਿਹਾ ਜੀ। ਹਾਂਜੀ, ਤੁਹਾਨੂੰ ਕੀ ਲੱਗਦਾ ਕਿਸ ਦੀ ਹਵਾ ਇਸ ਵਾਰ? ਪਤਾ ਨਹੀਂ, ਅਸੀਂ ਤਾਂ ਹੁਣ ਸਮਾਨ ਲੈਣ ਆਏ। ਆਂਟੀ, ਕੀ ਲੱਗਦਾ ਲੋਕ ਸਭਾ ਚੋਣ ਆ ਗਈ ਹੈ, ਕਿਹਦੀ ਲੱਗਦਾ ਹਵਾ ਇਸ ਵੇਲੇ ਚੱਲ ਰਹੀ ਹੈ ਵੀ ਜਿਹੜੇ ਇਸ ਵੇਲੇ ਚੁਣਾਵ ਆ ਰਹੇ? ਬਰਾਬਰ ਦਾ ਵੀ ਹੋ ਸਕਦਾ, ਐਸੇ ਤੇ ਸੋਚੇ ਤੇ ਬੀਜੇਪੀ ਦੀ ਜ਼ਿਆਦਾ ਲਹਿਰ ਆ, ਪਰ ਅਗਰ ਪਾਰਟੀ ਵਾਈਜ਼ ਦੇਖੇ ਤੇ ਕੁਛ ਵੀ ਹੋ ਸਕਦਾ। ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ, ਚਾਰ ਪਾਰਟੀਆਂ ਇਸ ਵੱਲ ਲੜਦੀਆਂ, ਇਸ ਲਈ ਚਾਰ ਪਾਰਟੀਆਂ ਦਾ ਸਵਾਲ ਹੈ, ਵੋਟਰ ਨਹੀਂ ਵੰਡਾਉਣਾ, ਹੋਰ ਕੁਛ ਨਹੀਂ ਹੋਣਾ, ਕਿਉਂਕਿ ਨਤੀਜਾ ਤਾਂ ਕੁਛ ਵੀ ਨਿਕਲ ਸਕਦਾ ਕਿਸੇ ਦਾ ਵੀ। ਵੋਟਰ ਕਿਆ ਵੋਟਰ ਵੰਡਿਆ ਜਾਵੇਗਾ, ਕਿਉਂਕਿ ਚੋਣਾਂ ਦੇ ਵਿੱਚ ਅੱਡ ਅੱਡ ਲੜ ਰਹੀਆਂ, ਅਕਾਲੀ ਦਲ ਅੱਡ ਲੜ ਰਿਹਾ, ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਚਾਰ ਪਾਰਟੀਆਂ ਲੜ ਰਹੀਆਂ, ਇਸ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਵੀ ਹੋਣ ਵਾਲੇ ਆ। ਜਿਹੜਾ ਕੀ ਲੱਗਦਾ ਹਵਾ ਕਿਸਦੀ ਹੋਏਗੀ ਲੋਕ ਸਭਾ ਚੋਣਾਂ 'ਚ? ਕਾਂਗਰਸ ਦੀ ਹਵਾ ਹੋਣੀ ਚਾਹੀਦੀ ਆ, ਕਿਉਂਕਿ ਬੀਜੇਪੀ ਟਾਈਮ 'ਤੇ ਮਹਿੰਗਾਈ ਬਹੁਤ ਜ਼ਿਆਦਾ ਹੋਈ ਆ, ਸਾਨੂੰ ਚਾਹੀਦੀ ਆ ਕਾਂਗਰਸ ਸਰਕਾਰ ਦੁਆਰਾ ਸਰਕਾਰ ਚਾਹੀਦੀ ਆ। ਹੋਰ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ। ਲੋਕ ਸਭਾ ਦੇ ਵਿੱਚ ਕਈ ਮੁੱਦੇ ਰਹਿੰਦੇ ਨੇ, ਕੇਂਦਰ ਸੰਬੰਧਿਤ ਕਈ ਮੁੱਦੇ ਰਹਿੰਦੇ ਆ, ਕਈ ਲੋਕਾਂ ਦੀ ਮੰਗਾਂ ਰਹਿੰਦੀਆਂ। ਜਿਹੜਾ ਕੀ ਲੱਗਦਾ ਲੋਕ ਸਭਾ ਦੇ ਵਿੱਚ ਕਿਸ ਦੀ ਹਵਾ ਲੱਗ ਰਹੀ ਹੈ? ਦੋ ਮਿੰਟ। ਹਾਂਜੀ, ਕੀ ਲੱਗ ਰਿਹਾ ਕਿ ਮੈਮ ਜੀ? ਬਿਲਕੁਲ, ਇਸ ਵੇਲੇ ਕਈ ਲੋਕ, ਕਿਉਂਕਿ ਬਾਜ਼ਾਰ ਹੈ, ਵਿਅਸਤ ਸਮੇਂ ਚੱਲ ਰਿਹਾ, ਲੋਕਾਂ ਨਾਲ ਗੱਲਬਾਤ ਫਿਰ ਵੀ ਅਸੀਂ ਸਾਡੀ ਕੋਸ਼ਿਸ਼ ਰਹੇਗੀ ਕਰਵਾਉਂਦੇ ਰਹਾਂਗੇ ਨਾ। ਲੋਕ ਸਭਾ ਚੁਣਾਵ ਆ ਗਿਆ, ਕੀ ਲੱਗਦਾ ਕਿ ਪਤਾ ਕੀ ਚੱਕਰ ਆ? ਮੈਂ ਯਾਰ ਇਹਦੇ ਬਾਰੇ ਕੋਈ ਵੀ ਕਈ ਲੋਕ ਹਿਚਕਿਚਾਉਂਦੇ ਨੇ ਗੱਲਬਾਤ ਕਰਨ ਤੋਂ ਮੇਰੇ ਨਾਲ। ਲੋਕ ਸਭਾ ਚੁਣਾਵ ਹੈ, ਕੀ ਲੱਗਦਾ ਕਿਸ ਦੀ ਹਵਾ ਹੈ ਇਸ ਵਾਰ? ਹਵਾ ਦੁਬਾਰਾ ਬੀਜੇਪੀ ਕੀ ਹੈ? ਹੈ, ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਆ, ਰਾਮ ਮੰਦਿਰ ਬਣਾਇਆ, ਔਰ ਲੋਕਾਂ ਕੇ ਲਈ ਉਹ 5 ਲੱਖ ਵਾਲੀ ਜੋ ਯੋਜਨਾ ਲੈ ਕੇ ਆਏ ਹਾਂ, ਇਸ ਲਈ ਆਏਗਾ ਦੁਬਾਰਾ ਬੀਜੇਪੀ। ਰਾਮ ਮੰਦਿਰ ਦਾ ਵੀ ਇੱਕ ਜ਼ਿਕਰ ਜ਼ਰੂਰ ਹੋਇਆ, ਕੀ ਲੱਗਦਾ ਲੋਕ ਸਭਾ ਚੋਣ ਆ ਗਿਆ, ਹਵਾ ਕਿਸ ਦੀ ਲੱਗ? ਹਵਾ ਸਰ ਮਾਲੂਮ ਹੋਗਾ ਤਾਂ ਫਿਰ ਹੀ ਹੋਗਾ, ਐਸੇ ਕੋਈ ਕੈਸਾ ਕਿਆ ਹੋਗਾ ਪੇਪਰ ਚਾਹੀਦਾ ਮਾਲੂਮ ਨਹੀਂ। ਕੀ ਲੱਗਦਾ ਪਿਆ ਜੀ ਲੋਕ ਸਭਾ ਚੋਣ ਆ ਗਿਆ, ਕੀ ਲੱਗਦਾ ਪਿਆ ਕਿਸ ਦੀ ਹਵਾ ਜਾਊ? ਇਸ ਟਾਈਮ ਜੀ ਬੀਜੇਪੀ ਦੀ ਹੈ ਜੀ ਬਹੁਤ ਜ਼ਿਆਦਾ, ਅਤੇ ਮੋਦੀ ਜੀ ਕੰਮ ਬਹੁਤ ਅੱਛੇ ਕਰ ਰਹੇ ਆ, ਅਤੇ ਵਪਾਰ ਵਾਸਤੇ ਵੀ ਬਹੁਤ ਵਧੀਆ ਬੰਦੇ ਜੀ, ਅਤੇ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਮੋਦੀ ਜੀ ਆਏ ਦੇਸ਼ ਦਾ ਸੁਧਾਰ। ਲੋਕ
ਮੁੱਦੇ ਦੀ ਗੱਲ ਕਰ ਰਹੇ ਹੈ, ਕਈ ਚੀਜ਼ਾਂ ਵਿਕਾਸ ਦੀ ਗੱਲਾਂ ਕਰ ਰਹੇ ਨੇ ਲੋਕ। ਅਸੀਂ ਹੋਰ ਲੋਕਾਂ ਤੋਂ ਵੀ ਗੱਲਬਾਤ ਕਰਾਂਗੇ ਜਾਣਨ ਦੀ। ਵੋਟ ਦਾ ਇਸਤੇਮਾਲ ਕਰਦੇ ਹੋ? ਹਾਂਜੀ, ਵੋਟ ਦਾ ਇਸਤੇਮਾਲ ਕਰਦੇ ਨਹੀਂ ਵੋਟ ਦਾ ਇਸਤੇਮਾਲ ਬਿਲਕੁਲ। ਤਾਂ ਲੋਕ ਸਭਾ ਚੋਣ ਆ ਗਿਆ, ਕੀ ਲੱਗਦਾ ਹੈ ਲੋਕ ਸਭਾ ਚੋਣ? ਹਾਂਜੀ, ਅਜੇ ਕੁਛ ਲੱਗ ਰਿਹਾ ਬਿਲਕੁਲ। ਭਾਈ ਜੀ ਦੋ ਮਿੰਟ ਦਿਓ, ਲੋਕ ਸਭਾ ਚੋਣ ਆ ਗਏ ਆ, ਕੀ ਲੱਗਦਾ ਕਿਸ ਦੀ ਹੋਵੇ? ਸ਼ਰੇਆਮ ਲੁੱਟਖੋ ਹੋ ਰਹੀ ਹੈ, ਮਰਡਰ ਵੀ ਕਿੰਨੇ ਹੋ ਗਏ ਆ, ਗੋਲੀਆਂ ਸ਼ਰੇਆਮ ਚੱਲ ਰਹੀਆਂ। ਚਲੋ ਜਿਹੜੀ ਹੁਣ ਸਰਕਾਰ ਆਏਗੀ ਸੋਚ ਸਮਝ ਕੇ ਵੋਟ ਪਾਵਾਂਗੇ। ਕਿਹੜੀ ਗੱਲਾਂ ਦਾ ਧਿਆਨ ਰੱਖੋ ਜਦੋਂ ਵੋਟ ਪਾਉਣ ਜਾਂਦੇ ਹੋ? ਨੌਕਰੀ ਦਾ, ਪਹਿਲੀ ਗੱਲ ਤੇ ਨੌਕਰੀ ਦਾ, ਦੂਸਰਾ ਜਿਹੜੀ ਬੇਰੋਜ਼ਗਾਰੀ ਆ ਉਹਦਾ ਵੀ। ਹਾਂਜੀ, ਲੋਕ ਸਭਾ ਚੋਣ 'ਚ ਕਿਹਦੀ ਹਵਾ ਲੱਗਦੀ ਹੈ ਤੁਹਾਨੂੰ, ਕਿਹੜੀ ਸਰਕਾਰ? ਸਰਕਾਰ ਐਲੇ ਕੋਈ ਨਹੀਂ, ਐਲੇ ਕਿਸੇ ਦਾ ਨਹੀਂ ਪਤਾ। ਸਰਕਾਰ ਮਾਇਨੇ ਰੱਖਦੀ ਹੈ ਜਾਂ ਉਮੀਦਵਾਰ? ਉਮੀਦਵਾਰ ਨਹੀਂ ਆਏ ਜੀ, ਹੈਗਾ ਆਮ ਪਾਰਟੀ ਤੇ ਆਣੀ ਨਹੀਂ, ਜਿੰਨੇ ਕੋਲ ਲੁੱਟ ਕੇ ਸੁੱਟ ਪਾਈ ਆ। ਅਲੱਗ ਅਲੱਗ ਓਪੀਨੀਅਨ ਨੇ ਲੋਕਾਂ ਦੇ, ਅਸੀਂ ਹੋਰ ਕੁਝ ਲੋਕ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਲੱਗਦਾ ਜੀ ਕਿਹਦੀ ਹਵਾ ਲੱਗਦੀ ਪਈ ਹੈ ਲੋਕ ਸਭਾ ਚੋਣ ਆ ਕੇ? ਲੋਕ ਸਭਾ ਚੋਣਾਂ 'ਚ ਜੀ ਹਾਲੇ ਕਹਿ ਨਹੀਂ ਸਕਦੇ, ਥੋੜ੍ਹਾ ਜਿਹਾ ਟਾਈਮ ਹੈ, ਲੇਕਿਨ ਫਿਰ ਵੀ ਬੀਜੇਪੀ ਦਾ ਮਤਲਬ ਕੀ ਜ਼ਿਕਰ ਕਰਦੇ ਦਾ। ਭਾਈ ਜੀ ਕੀ ਲੱਗਦਾ ਪਿਆ ਕਿਹੜੀ ਸਰਕਾਰ ਦੇ ਚਾਂਸ ਲੱਗ ਰਹੇ ਆ ਲੋਕ ਸਭਾ ਦੇ ਵਿੱਚ? ਅਜੇ ਤੱਕ ਕੁਛ ਹਵਾ ਹਵਾ ਕਿਹਦੀ ਚੱਲਦੀ? ਅਜੇ ਤੇ ਰਲੀ ਮਿਲੀ ਸਰਕਾਰ ਦਾ ਹੀ ਹੈ, ਅਜੇ ਤੇ ਰਲਾ ਮਿਲਾ ਹੀ ਕੰਮ ਹੈ, ਅਜੇ ਕਿਸੇ ਦੀ ਸਰਕਾਰ ਕਲੀਅਰ ਨਹੀਂ ਹੈਗੀ, ਕੁਛ ਨਹੀਂ ਪਤਾ ਲੱਗਦਾ। ਮੁੱਦੇ ਕੀ ਨੇ? ਮੁੱਦੇ ਕੁਛ ਨਹੀਂ ਹੈ, ਮੁੱਦੇ ਮਾਰੇ ਨਸ਼ਾ ਤੇ ਬੇਰੋਜ਼ਗਾਰੀ, ਹੋਰ ਮੁੱਦੇ ਕਾਹਦੇ ਹੋਣੇ? ਬਸ ਜਿਹੜਾ ਵੀ ਆਏ ਉਹ ਬੇਰੋਜ਼ਗਾਰੀ ਦੇ ਕੰਮ ਕਰੇ ਤੇ ਨਸ਼ਾ ਖਤਮ ਕਰੇ ਪੰਜਾਬ 'ਚ, ਹੋਰ ਕਾਹਦੀ ਬੇਰੋਜ਼ਗਾਰੀ, ਬਾਕੀ ਹੋਰ ਕੋਈ ਮੁੱਦੇ ਨਹੀਂ ਹੈ। ਨਸ਼ਾ ਇੱਕ ਵੱਡਾ ਜਿਹੜਾ ਇਸ਼ੂ ਰਿਹਾ ਪੰਜਾਬ ਦੇ ਵਿੱਚ।